जो संगत बैठी है ना, ये आर पार की लड़ाई में बैठी है। जिवें कि टिकरी बॉर्डर दी जो इस समय नाजुक समय दे जो हालात ने वो दिखा रहे हैं। कहन दे सूत्रां दे कहन दे अनुसार ये है कि टिकरी बॉर्डर खाली हो चुके ने, सिंगू बॉर्डर खाली हो चुके ने, लेकिन जो नज़ारा है वो दिखा रहे हाँ कि किवें जो बुज़ुर्ग ने वो इत्थे डटे हुए ने। दूर दूर तक दीयां तस्वीरां दे विच यही दिखा रहे हाँ कि पक्के टेंट बन चुके ने, पक्कियां रहायशां हो चुकियां ने। आम किसान एकजुट हो के अपने हक्कां दी लड़ाई लड़ रहे ने। पुराने समयां दे विच ये देखण नूं तस्वीरां मिलदियां सी, कोई दरख्त है, दरख्त के नीचे ने जो किसान जो परिवार है वह बैठते सी, दुख सुख साझा करते सी, एक दूजे नाल आंढी गवांढी सी, जो मेल मिलाप हुंदा सी, गल्लां बातां हुंदियां सी, उही नज़ारा अज टिकरी बॉर्डर ते इन्हां बजुर्गों ने इन्हां किसान वीरां दी बदौलत अज वह नज़ारे ने वह वापस भी आ चुके ने। देखो दुख की गल तो है कि अपने घर बार छड के इत्थे सुनसान बीहाबान जो रोडां ते है वह इत्थे डेरे लाए हुए ने, लेकिन एकजुटता की जो मिसाल मिली है ना वह भी देखने को मिल रही है। जिमें कि देखो हम सीधियां तस्वीरां दे विच दिखा रहे हाँ कि ये पिंडां दे बजुर्ग बैठे ने, एक पिंड तो नहीं है, सब अलग अलग तो है, लेकिन एक भाईचारा, उही टाली दी छां ते उही मंजे ते इत्थे एकजुट होकर परिवार का बैठना, ये भी बहुत वड्डी एक कह सकते हाँ एक दास्तान है कि जो अज के समय के ये बच्चे वीडियो देखेंगे इन्हां बजुर्गों नू जो टिकरी बॉर्डर के हाल देखेंगे, उन्होंने जो अपने बजुर्गों का पिछोकड़ है वह याद आएगा कि जो एसी नहीं होंदे सी, कूलर नहीं होंदे सी, जदों ये पक्के महल हवेलियां नहीं सन, उदों जिवें किवें जीवन बतीत हुंदा सी ते किवें उस जीवन नू हंडाया जांदा सी। ते दिखा रहे हाँ कि काफ़ी बुजुर्ग बैठे हुए ने, उन्हां नाल गलबात भी करांगे, अंदोलन बारे भी जानकारी लवांगे, ते एक जो पुरातन है जो सभ्याचार है उसके बारे भी उसनू भी एक जिंदा करांगे कि वह जिंदा जो जिंदा दिली सी, वो जो पुराने दिन सन वह किस तरह। कोटली अबलू जी, किन्ना समा हो गया इत्थे बैठे? ਸਾਨੂੰ ਜੇ ਆਏ ਇੱਥੇ 26 ਨਵੰਬਰ ਦੇ ਆਏ ਹਾਂ। ਅੰਦੋਲਨ ਕਾਫੀ ਲੰਬਾ ਚੱਲ ਰਿਹਾ? ਹਾਂ ਲੰਬਾ ਚੱਲ ਰਿਹਾ ਜੀ, ਅੱਗੇ ਵੀ ਸਾਲਾਂ ਤੱਕ ਗਿਆ। ਕਿਹਾ ਤਾਂ ਬੈਠੇ ਹੋਈਏ ਸੀ ਇੱਥੇ, ਲੇਕਿਨ ਸਰਕਾਰ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ ਨਾ ਉਠਾਉਂਦੀਆਂ, ਜਿਵੇਂ ਕਿ ਹੁਣ ਕੋਰੋਨਾ ਦੁਬਾਰਾ ਆ ਚੁੱਕਿਆ, ਪਹਿਲਾਂ ਜਿਵੇਂ ਕਵਰ ਹੋ ਚੁੱਕਿਆ ਸੀ, ਦੁਬਾਰਾ ਫਿਰ ਮਹਾਮਾਰੀ ਆ ਚੁੱਕੀ ਹੈ। ਕੁਛ ਹੈ ਜੇ ਜ਼ਿਮੀਂਦਾਰ ਤਾਂ ਇਹ ਚੱਲ ਰਿਹਾ ਉੱਥੋਂ ਵੀ ਭੁੱਖੇ ਮਾਰਨ, ਉੱਥੇ ਅੰਦਰ ਪੈ ਕੇ ਤਾਂ ਇੱਥੇ ਮਰੇ ਜਾਂਦੇ, ਕਰੋਨਾ ਨਾਲ ਵੀ ਮਰਨਾ ਤੇ ਇੱਥੇ ਮਰਾਂਗੇ। ਲੱਗਦਾ ਤੁਹਾਨੂੰ ਵੀ ਕਰੋਨਾ ਬਿਮਾਰੀ ਹੈ ਜਾਂ ਉਹਦੀ ਆੜ ਵਿੱਚ ਸਰਕਾਰ ਹੋਰ ਧੰਦੇ ਕਰ ਰਹੀ ਹੈ? ਇਹ ਸਰਕਾਰ ਕਰ ਰਹੀ ਹੈ ਜੀ, ਸਾਨੂੰ ਤਾਂ ਕੋਈ ਲੱਗਦਾ, ਅਸੀਂ ਤਾਂ ਨਾ ਹੀ ਕਿਸੇ ਆਪਦੇ ਰਿਸ਼ਤੇਦਾਰੀ 'ਚ, ਨਾ ਹੀ ਕੋਈ ਅਸੀਂ ਪਿੰਡ 'ਚ, ਅਸੀਂ ਤਾਂ ਕੋਈ ਮਰੀਜ਼ ਨਹੀਂ ਸੁਣਿਆ, ਨਾ ਜ਼ਰੂਰ ਸੁਣਦੇ ਹਾਂ, 2 ਸਾਲ ਹੋ ਕੇ ਚੱਲੀ ਜਾਂਦੇ ਨੂੰ, ਕੋਈ ਨਹੀਂ ਸਾਡੇ ਕੋਈ ਰਿਸ਼ਤੇਦਾਰੀ 'ਚ ਉਹ ਜੀ ਘਟਨਾ ਵਾਪਰੀ, ਨਾ ਹੀ ਪਿੰਡ 'ਚ ਵਾਪਰੀ, ਅਤੇ ਆਪਦੇ ਸ਼ਾਂਤਮਈ ਵੱਸਦੇ ਹਾਂ। ਅਤੇ ਪਰ ਆ ਜਿਹੜਾ ਸਾਡੇ 'ਤੇ ਰੋਜ਼ ਡੀਜ਼ਲ ਮਹਿੰਗੇ ਹੁੰਦੇ, ਅਸੀਂ ਜਾਵਾਂਗੇ ਕਿੱਧਰ ਨੂੰ? ਰੋਜ਼ ਮਹਿੰਗਾਈਆਂ ਆਈ ਜਾਂਦੀਆਂ ਅਤੇ ਜਾਇਦਾਦ ਸਾਡੀ ਖੋਣ ਪੈ ਗਿਆ ਇਹ, ਅਤੇ ਅਸੀਂ ਜਾਵਾਂਗੇ ਕਿ ਤੋਂ? ਅਸੀਂ ਤਾਂ ਅੱਗੇ ਮਰੇ ਪਏ ਹਾਂ, ਜਾਵਾਂ ਗਾਂ ਆਉਣ ਵਾਲਾ ਭਵਿੱਖ ਸਾਡੇ ਬੱਚੇ ਕੀ ਕਰਨਗੇ? ਸਤਿ ਸ਼੍ਰੀ ਅਕਾਲ ਜੀ। ਅੰਦੋਲਨ ਬਹੁਤ ਲੰਬਾ ਚੱਲ ਰਿਹਾ, ਲੇਕਿਨ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਆ, ਕੀ ਕਹਿਣਾ ਚਾਹੋਗੇ? ਨਹੀਂ ਇਹਦੇ ਵਿੱਚ ਤਾਂ ਜੀ ਹੋਣਾ ਪਊਗਾ ਸਰਕਾਰ ਨੂੰ ਤਾਂ, ਕਿਉਂਕਿ ਅੱਜ ਕੱਲ੍ਹ ਜੋ ਕਿਸਾਨੀ ਦਾ ਮੁੱਦਾ ਇਹ ਤੁਹਾਨੂੰ ਪਤਾ ਵੀ ਕਿਸਾਨ ਰੋਡ 'ਤੇ ਕਦੋਂ ਆਉਂਦਾ ਅਤੇ ਕਿਵੇਂ ਆਉਂਦਾ, ਇਹਦੇ ਇਹ ਤਾਂ ਮਤਲਬ ਵੀ ਜੇ ਮਤਲਬ ਕਿਸਾਨੀ ਦੀ ਹਾਲਤ ਇੰਨੀ ਡਾਊਨ ਹੈ ਤਾਂ ਸਰਕਾਰ ਨੂੰ ਇਹਦੇ ਬਾਰੇ ਕੁਛ ਸੋਚਣਾ ਚਾਹੀਦਾ, ਨਹੀਂ ਤਾਂ ਫਿਰ ਇਹ ਨਾ ਕਹਿਣ ਵੀ ਆਹ ਆਤੰਕਵਾਦ ਆ ਗਿਆ ਜੀ, ਆਹ ਖਾੜਕੂਵਾਦ ਆ ਗਿਆ, ਨਕਸਲੇਟ ਆ ਗਏ, ਇਹ ਘਰ ਘਰ ਦੇ ਵਿੱਚ ਨਕਸਲੇਟ ਜੰਮਣਗੇ। ਇੱਕ ਬਜ਼ੁਰਗੋਂ ਅਗਰ ਪੁਰਾਤਨ ਦੀ ਗੱਲ ਕਰੀਏ ਤਾਂ ਜਿਵੇਂ ਕਿ ਹੁਣ ਜੋ ਅੱਜ ਦੀ ਪੀੜ੍ਹੀ ਹੈ, ਜਿਵੇਂ ਜਿਵੇਂ ਸਾਇੰਸ ਵੱਧਦੀ ਜਾ ਰਹੀ ਹੈ, ਵਿਗਿਆਨ ਵੱਧਦਾ ਜਾ ਰਿਹਾ ਹੈ, ਸਭ ਨੂੰ ਇੱਕ ਸਾਇੰਸ ਜੁਗੀ ਜੋ ਚੀਜ਼ਾਂ ਦੀ ਆਦਤ ਪੈ ਚੁੱਕੀ ਹੈ, ਲੇਕਿਨ ਅੱਜ ਕਾਫੀ ਲੰਬੇ ਸਮੇਂ ਬਾਅਦ ਜੋ ਆਪਣਾ ਪੁਰਾਤਨ ਹੈ ਉਹ ਯਾਦ ਆ ਰਿਹਾ, ਜਿਵੇਂ ਹਰ ਪਿੰਡ ਤੋਂ ਬਜ਼ੁਰਗ ਨੇ ਇੱਕ ਭਾਈਚਾਰੇ ਦੇ ਵਿੱਚ ਬੈਠੇ ਹੋਏ, ਜਿਵੇਂ ਹੁਣ ਵੀ ਅਸੀਂ ਵੀ ਤੁਹਾਡੇ ਨਾਲ ਇੱਥੇ ਮੌਜੂਦ ਹਾਂ, ਉਹੀ ਮੰਜੇ ਨੇ, ਉਹੀ ਟਾਹਲੀਆਂ ਦੀਆਂ ਛਾਵਾਂ ਨੇ, ਆ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਤਾਂ ਜੀ ਪੁਰਾਤਨ ਯੁੱਗ ਤਾਂ ਜੀ ਬਹੁਤ ਵਧੀਆ ਸੀਗਾ ਜੀ, ਉਦੋਂ ਅਸੀਂ ਸਾਡੇ ਕੋਈ ਬੱਚੇ, ਅਸੀਂ ਖੁਦ ਮੈਂ ਮੈਟ੍ਰਿਕ ਕਲੀਅਰ ਕੀਤੀ ਆ, ਅਸੀਂ ਕੋਈ ਨੌਕਰੀ ਦੇ ਪਿੱਛੇ ਨਹੀਂ ਭੱਜ ਰਹੇ ਸੀਗੇ,
जिहड़े कि अजकल असी रिश्वतां दे के जे अज एक मुलाजम की तनखा 50,000 रुपये है तो 5 लाख की रिश्वत दे के असी वह मुलाजम अपना लगन तैयार है, पर असी उस टाइम तो क्यों नहीं लग रहे थे? इहदा कारण सी साडी जिहड़ी खेती धंदा सी उह लाहेवंद सी, अज लाहेवंद ना हो के एक घाटे बंदा सौदा बन चुका है। इस दे कारण भी असी मतलब अज अपने बच्चों असी खेती दे विच मतलब बहुत घट तोर के खुश हाँ। असी कहने भी बच्चा नौकरी लगो, असी कहने बच्चा कनेडा दे विच जाओ, असी कहने बच्चा अमरीका दे विच जाओ। कारण साडी जिहड़ी खेती आ उह फेल हो चुकी है, जो कि सरकारां दीआं माड़ियां नीतियां दे कारण साडी जिहड़ी खेती दा सैक्टर है ये बिल्कुल तबाह हो कंडे नहीं हो चुक्या। जो इहनूं बचाउण तां सरकारां अज कोई बचा सकदियां, ते नहीं तां किसानी दी हालत है। जे किसानी ना रहूगी तां आम जनता भी नहीं रहूगी, किसे तरह दा भी कोई कारोबार नहीं। सत श्री अकाल। पहला तो मैं अपनी जान पछाण तुहानू करा रहा, मैं भारतीय किसान यूनियन एकता करा दा जिला मुकतसर का सीनियर मीत प्रधान हरभंस सिंह कोटली। अंदोलन बारे साडा सबनों पता है कि जो 3 काले कानून साडी खेती उत्ते थोड़ी मोदी सरकार ने लियांदी नहीं, उन्हें बहुराष्ट्रीय कंपनियों वास्ते साडे किसानां दीआं जमीनां उन्हां दे हवाले करन वास्ते इहदे विचों साफ झलक दिंदा, क्योंकि तुसीं 3 कानूनां बारे ਆਪਾਂ ਪੂਰੀ ਤਰ੍ਹਾਂ ਪੜ੍ਹ ਲਿਆ ਆਪਣੇ ਅਖਬਾਰਾਂ ਦੇ ਵਿੱਚ ਆ ਗਿਆ, ਬੁੱਧੀਜੀਵੀਆਂ ਵੱਲੋਂ ਵੀ ਆ ਗਿਆ, ਸਾਡੀਆਂ ਜਥੇਬੰਦੀਆਂ ਵੱਲੋਂ ਵੀ ਆ ਗਿਆ ਕਿ 3 ਕਾਨੂੰਨ ਕਿਵੇਂ ਮਾਰੂ ਨੇ। ਜੇ ਇਹਨਾਂ ਦੇ ਸੰਖੇਪ ਦੇ ਵਿੱਚ ਜਾਈਏ ਤਾਂ ਬਹੁਤ ਵੱਡਾ ਸਾਰਾ ਟਾਈਮ ਲੱਗ ਸਕਦਾ, ਪਰ ਸਾਡੀ ਜਨਤਾ ਜਿਹੜੀ ਬੁੱਝ ਚੁੱਕੀ ਵੀ ਕਾਨੂੰਨ ਮਾਰੂ। ਇਹ ਗੱਲ ਐਂ ਹੈ ਵੀ ਜੇ ਤੁਸੀਂ ਕਹਿੰਦੇ ਵੀ ਅੰਦੋਲਨ ਲੰਮਾ ਹੋ ਗਿਆ, ਅੰਦੋਲਨ ਹਮੇਸ਼ਾ ਛਾਂਤਮਾਈ 'ਤੇ ਲੰਮੇ ਹੋ ਕੇ ਲੜੇ ਜਾਂਦੇ ਨੇ। ਜੇ ਅਸੀਂ ਸਾਡੀ ਆਰਥਿਕ ਹਾਲਤ ਬੰਨੀ ਵੇਖੀਏ ਤਾਂ ਸਾਡੇ ਕਿਸਾਨਾਂ ਦੇ ਵੱਡੇ ਹਿੱਸੇ ਨੇ ਇਹ ਗੱਲ ਨੂੰ ਪੂਰੀ ਤਰ੍ਹਾਂ ਸਮਝ ਲਿਆ ਵੀ ਸਾਡਾ ਹੁਣ ਇੱਥੇ ਖੜ੍ਹੇ ਬਿਨਾਂ ਲੜੇ ਬਿਨਾਂ ਕੋਈ ਗੁਜ਼ਾਰਾ ਨਹੀਂ। ਹੁਣ ਫੰਡ ਆ ਜਿਹੜੇ ਵੱਡੀ ਪੱਧਰ 'ਤੇ ਸਾਡੇ ਜਿਹੜੇ ਪੰਜਾਬ ਦੇ ਵਿੱਚੋਂ ਖਾਸ ਕਰ ਇਕੱਠੇ ਹੋਈ ਜਾਂਦੇ ਨੇ, ਰੋਜ਼ ਰਿਪੋਰਟਾਂ ਮਿਲਦੀਆਂ ਅੱਗੇ ਨਾਲੋਂ ਕਈ ਗੁਣਾ ਜਿਹੜੇ ਵੱਧ ਫੰਡ ਨੇ ਉਹ ਇਕੱਠੇ ਹੋਏ ਨੇ, ਲੋਕਾਂ ਦਾ ਪੂਰੇ ਨੂੰ ਪੂਰਾ ਸਹਿਯੋਗ ਹੈ। ਜੇ ਇਹ ਗੱਲ ਵੇਖੀਏ ਇੱਥੋਂ ਦੀ ਵੀ ਗੱਲ ਕਰੀਏ ਤਾਂ ਜਦੋਂ ਲੋਕਾਂ ਨਾਲ ਸਾਡੇ ਕਿਸਾਨਾਂ ਨਾਲ ਗੱਲ ਕਰੀਦੀ ਹੈ ਤਾਂ ਉੱਤੋਂ ਇਹ ਸਾਫ ਕਹਿੰਦੇ ਸੀ ਵੀ ਹੁਣ ਜਾਣ ਦਾ ਤਾਂ ਟਾਈਮ ਨਹੀਂ ਰਿਹਾ, ਜੋ ਕੁਛ ਕਰਨਾ ਇੱਥੇ ਹੀ ਕਰਨਾ ਰੱਦ ਕਰਾ ਕੇ। ਤੁਸੀਂ ਦੇਖੋ ਜੀ, ਇੱਕ ਹਾਈ ਕੋਰਟ ਦੇ ਵਕੀਲ ਜਤਿੰਦਰ ਸਿੰਘ ਜੀ ਧੂਰ ਨੇ ਇੱਕ ਆਪਦਾ ਕਿਤਾਬਚਾ ਛਾਪਿਆ ਜਿਹੜਾ ਬੜਾ ਹੈਰਾਨੀ ਕਰਨ ਵਾਲਾ ਹੈ, ਜਿਸ ਨੂੰ ਇਹ ਕਹਿੰਦੇ ਨੇ ਵੀ ਇਹ ਤਾਂ ਖਾਲੀ ਡੱਬਾ ਹੈ, ਇਹਨੂੰ ਤੁਸੀਂ 2 ਸਾਲ ਵਾਸਤੇ ਪਛਾਣ ਕਰ ਲਓ, ਇਹਦੇ 'ਚੋਂ ਜੋ ਕੁਛ ਕਰਨਾ ਉਹ ਕਰ ਲਓ। ਅਤੇ ਦੂਜੇ ਪਾਸੇ ਕਹਿੰਦੇ ਨੇ ਵੀ ਇਹ ਸਰਕਾਰ ਦੇ ਵਾਸ ਨਹੀਂ, ਜੇ ਸਰਕਾਰ ਦੇ ਅਧਿਕਾਰ ਖੇਤਰ 'ਚ ਨਹੀਂ ਤਾਂ ਉਹ ਫਿਰ ਵਾਸ ਕਿਵੇਂ ਭੁਗਤੇ? ਰੱਦ ਕਰਨਾ ਹੀ ਬਣਦਾ ਫਿਰ ਉਹਦਾ ਕਿਸੇ ਟਾਈਮ ਦੀ ਵੀ ਉਹ 'ਚ ਸਾਰਾ ਕੁਛ ਪਾ ਸਕਦੇ ਨੇ। ਇਹਦੇ ਵਿੱਚ ਸਾਨੂੰ ਕੋਈ 2 ਵੱਡੀਆਂ ਰਾਵਾਂ ਨਹੀਂ, ਇਹਦੇ 'ਚ ਸਾਡੀ ਕਿਸਾਨ ਜਥੇਬੰਦੀਆਂ ਦੀ ਪੂਰੀ ਤਰ੍ਹਾਂ ਅੰਦੋਲਨ ਬਹੁਤ ਲੰਬਾ ਚੱਲ ਰਿਹਾ ਜੀ। ਅੱਗੇ ਪੰਜਾਬ ਦੀਆਂ ਵੋਟਾਂ ਆ ਰਹੀਆਂ ਨੇ, ਪੰਜਾਬ ਦੇ ਇਲੈਕਸ਼ਨ ਆ ਰਹੇ ਆ, ਕੀ ਲੱਗਦਾ ਹੈ ਉਹਨਾਂ ਇਲੈਕਸ਼ਨਾਂ 'ਤੇ ਫਰਕ ਪਵੇਗਾ ਅੰਦੋਲਨ? ਗੱਲ ਸੁਣੋ ਜੀ, ਅਸੀਂ ਜਿੱਥੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹ ਦਾ ਸਵਾਲ ਹੈ, ਅਸੀਂ ਇੱਕ ਤਾਂ ਜਿਹੜੀ ਇਸ ਗੰਦੀ ਰਾਜਨੀਤੀ ਹੈ ਤੁਸੀਂ ਕਿਵੇਂ ਵੀ ਲੈ ਲਓ, ਜੇ ਅਸੀਂ ਅੱਜ ਵੇਖਦੇ ਹਾਂ ਵੀ ਇੱਥੇ ਮੋਦੀ ਕਾਲੇ ਕਾਨੂੰਨ ਲਿਆ ਰਿਹਾ ਤਾਂ 91-92 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੀ ਸੀ ਨਾ ਉਦੋਂ ਜਦੋਂ ਵਿਸ਼ਵ ਭਾਰਤ ਸਮਝੌਤਾ ਹੋਇਆ, WTO ਜਾਂ ਗੈਰ ਸਮਝੌਤਾ ਨਾਂ ਜਾਣਿਆ ਜਾਂਦਾ, ਜੇ ਉਦੋਂ ਇਹ ਆ ਜਾਂਦਾ ਤਾਂ ਫਿਰ ਐਂ ਤਾਂ ਵੱਡੀ ਅਸੀਂ ਆਸ ਨਹੀਂ ਕਰ ਸਕਦੇ। ਪਰ ਦੂਜੀ ਗੱਲ ਇਹ ਹੈ ਵੀ ਸਾਡੇ ਦੇਸ਼ ਦੇ ਜਿਹੜੇ ਹਾਕਮ ਸੀ ਸਾਡੇ ਇਸ ਅੰਦੋਲਨ ਨੇ ਆਹ ਤੁਸੀਂ ਜਿਹੜੇ 5 ਸੂਬਿਆਂ ਦੇ ਵਿੱਚ ਰਿਜ਼ਲਟ ਆਏ ਆ ਇਹਨਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ, ਅਤੇ ਪੰਜਾਬ ਦੇ ਵਿੱਚ ਤਾਂ ਲਗਭਗ ਜਿਹੜੀ ਭਾਜਪਾ ਇਹਦਾ ਸਫਾਇਆ ਹੋ ਚੁੱਕਿਆ ਇਸ ਪਾਸੇ। ਕੋਈ ਗੱਲ ਜਾਣਦੇ ਹਾਂ ਨਾ ਤਾਂ ਅਸੀਂ ਇਹਨਾਂ ਨੂੰ ਬਣਨ ਸੀਗੇ ਮਾਰਨੇ ਦਾ ਜੂਤ, ਸਾਡਾ ਸਰਸਾ ਜ਼ਿਲ੍ਹਾ ਹੈ ਅਸੀਂ ਤਾਂ 10-12 ਕੁੱਟ ਦੇ ਜਸਵੰਤ ਨਾਲ
ਖੱਟਣਾ ਸਾਰੇ ਕੁੱਟ ਬੱਚਿਆਂ ਚੀਜ਼ ਕੁੱਟ ਸਾ ਤਾਂ ਗੱਲ ਜਾਣਦੇ ਹਾਂ ਬਸ ਪੈਸੇ ਕਰਦੇ ਖੁਦ ਖਾਤਾ ਨਾ ਅਸੀਂ ਇਹਨਾਂ ਨਾਲ ਬਣਦੇਗੀ ਪਿੰਡ 'ਚ ਨਾ ਸਾਨੂੰ ਲੋੜ ਇੱਦਾਂ ਨਾ ਕਾਂਗਰਸ ਨੂੰ ਬਣਦੇਗੀ 900 ਵੋਟ ਹੈ 100 ਵੋਟ ਇਹਨਾਂ ਨੂੰ ਪੈਣ ਦੇ ਕੁੱਟਾਂਗੇ ਇਹਨਾਂ ਨੂੰ ਕੁਝ ਨਹੀਂ ਇਹਨਾਂ ਦੇ ਪੱਲੇ ਚਲਦੀ ਰਹਿ ਬਸ ਆਦੀ ਰਹਿ ਰਹਿ ਆਪਦੇ ਘਰ सरकार कुछ भी कर ले किसान है जेडे शांतमई ढंग बैठे है शांतमई प्रदर्शन करेंगे जिन्ना मर्जी सानू मतलब टाइम लगे लंबा लगे साढ़े को होर कोई चारा ही नहीं साढ़े को एक ही है जमीनी किसानी जो सा जमीन ही ना रही असं करा हो कह रहे डब्बा कह रहे उसनों वापस ले लियो जो वापस ले लिया।